ਜਨਾਬ ਵੀਰਾਂ ਨੂੰ ਨੂਰ ਸ਼ਾਹ ਦੇ ਇਲਾਕੇ ਦੀ ਜਿਹੜੀ ਨਾ ਪਹਿਲਣ ਝੂਟੀ ਸੀ ਵਿਖਾਉਣ ਲੱਗੇ ਹਾਂ। ਤਾਰੀਖ ਅੱਜ 12 ਪਹਿਲਾ ਮਹੀਨਾ 2024 ਅਤੇ ਚਾਚੇ ਫਲਕ ਸ਼ੇਰ ਕੋਲ ਅੱਲਾ ਖੈਰ ਕਰੇ ਜਿਹੜੀ ਨੂਰ ਸ਼ਾਹ ਦੇ ਇਲਾਕੇ ਦੀ ਮੈਂ ਨਾ ਆਮ ਮੱਝਾਂ ਨਾਲ ਨਹੀਂ ਰਲਦੀ, ਭਾਵੇਂ ਹਜ਼ਾਰ ਮਾਝ ਦੇ ਵਿੱਚ ਵੀ ਠੱਲ ਸੀ ਉਹਨਾਂ ਦੇ ਇਹਦੀ ਜਿਹੜੀ ਬਣਤਰ ਇਹਦੀ ਬਣਾਵਟ ਵੱਖਰੀ ਹੈ। ਪਹਿਲਣ ਝੂਟੀ ਅਤੇ ਕਿਆ ਹੀ ਬਾਤਾਂ ਨੇ, ਚੰਗਾ ਚੰਗਾਠਾ ਹੈ, ਚੰਗੀ ਮਾਸ਼ਾਅੱਲਾ ਪਲੀ ਛੜੀ ਹੈ। ਜਿੰਨੇ ਮੇਰੇ ਵੀਰ ਮੇਰੇ ਨਾਲ ਅਟੈਚ ਨੇ ਦੂਰ ਦਰਾਜ ਇਲਾਕਿਆਂ ਜਾਂ ਦੂਸਰੇ ਮੁਲਕਾਂ 'ਚ ਬੈਠੇ ਸ਼ੌਕ ਕਰਦੇ ਨੇ ਨਾ, ਤੁਹਾਡੀ ਹੌਸਲਾ ਅਫਜ਼ਾਈ ਦੇ ਨਾਲ ਹੀ ਮਜ਼ੀਦ ਅੱਛਾ ਕੰਮ ਕਰੀਦਾ। ਅੱਜ ਦੀ ਵੀਡੀਓ ਦੇ ਵਿੱਚ ਨਾ ਪਹਿਲੇ ਨੰਬਰ 'ਤੇ ਨੂਰ ਸ਼ਾਹ ਦੇ ਇਲਾਕੇ ਦੀ ਪਹਿਲਣ ਝੂਟੀ, ਪਰ ਕਿਆ ਹੀ ਬਾਤਾਂ ਨੇ ਮਾਸ਼ਾਅੱਲਾ ਦੀ, ਇਹ ਮਜ਼ਾ ਜਿਹੜੀਆਂ ਪਹਿਲਣਾਂ ਪੱਜੀ ਪੱਜੀ ਸਿਰ ਦੁੱਧ ਕਰਦੀਆਂ ਨੇ। ਨਹੀਂ ਨਹੀਂ ਵੇਖੋ ਤੁਸੀਂ ਆ ਜਾਓ, ਚਾਚਾ ਫਲਕ ਸ਼ੇਰ ਜ਼ਿੰਦਾਬਾਦ, ਕੀ ਹਾਲ ਨੇ ਚਾਚਾ? ਬੜੀਆਂ ਬੜੀਆਂ ਮੱਝਾਂ ਕੱਢ ਲੈ ਤੂੰ ਵੀ ਹੈ। ਇਹ ਚਾਚਾ ਕਿਹੜੇ ਇਲਾਕੇ ਦੀ ਮੈਂ ਦੱਸੀ? ਨੂਰ ਸ਼ਾਹ ਦੀ ਜੈਨਮ ਪਹਿਲਾਂ। ਕਿੰਨੇ ਕੁ ਦਿਨ ਹੋ ਗਏ ਰਸੋਈ ਨੂੰ ਭਲਾ? ਤੀਸਰਾ ਦਿਨ। ਚਾਚਾ ਬੜੀ ਸੰਭੀ ਪਲੀ ਖੜੀ ਰਹਿੰਦੇ ਸੂ ਮਾਸ਼ਾਅੱਲਾ, ਸ਼ਾਹ ਕਾਲੀ ਮੁਸ਼ਕਿਲ ਨੇ ਅਤੇ ਇਹਨੂੰ ਛੋਰ ਨੂੰ ਆਖੇ ਨਾ ਕੱਢੇ ਛੱਡ ਕੇ ਦਰਬਾਰ ਨੂੰ ਕੱਢੇ ਨਾ। ਆ ਚਾਚੇ ਫਲਕ ਸ਼ੇਰ ਕੋਲ ਦੋ ਨੇ ਅਤੇ ਦੋਵੇਂ ਚੰਗੀਆਂ ਨੇ ਜਨਾਬ, ਚੱਡੇਬਾਦ ਨੇ। ਟੋਰ ਨਾ ਚਾਚਾ ਜੀ ਬਾਹਰ ਨੂੰ ਕੱਢ ਕੇ ਪਹਿਲਣ, ਚੰਗਾ ਸੋਹਣਾ ਥੱਲੋ ਜਨਾਬ, ਐਂ ਖਿਲਾਰ ਚੰਗਾ ਥਣ ਪਾਵਰ ਵਾਲਾ ਹੈ, ਸ਼ਾਹ ਕਾਲੀ ਮੁਸ਼ਕਣ। ਇਹ ਨੂਰ ਸ਼ਾਹ ਦੇ ਇਲਾਕੇ ਨੂੰ ਵੀ ਬੜੀ ਬਖਤ ਨੇ ਜਨਾਬ, ਇਹ ਇਲਾਕੇ ਦੀ ਮੈਂ ਵੀ ਬੜਾ ਬੜਾ ਦੁੱਧ ਕਰਦੀ। ਟੋਰ ਸੂ ਸ਼ਾਹ ਕਾਲੀ ਮੁਸ਼ਕਣ ਇਵੇਂ ਹੀ ਹੈ, ਚੁਆਈ ਚੁਈ ਚੰਗੀ ਹੈ, ਇੱਕ ਤਾਂ ਧੁੰਮਾ ਹੀ ਟੋਰੇ ਨਾਲ ਪੂਰਾ ਮੋੜ ਲਿਆ ਪਿਛਾਂ ਨੂੰ। ਚੱਲ ਲੈ ਚੱਲ ਵਕਾਇਆ ਜੀ, ਅੱਲਾ ਖੈਰ ਕਰੇ, ਨਸਲ ਜ਼ਾਤ ਬੜੀ ਮੈਂ ਦੀ ਥੱਲੇ ਧੁੱਲੀ ਕੋਨੀ ਕੋੜੀ ਕੋਨੀ। ਚਾਚਾ ਟੋਰੇ ਨਾਲ ਇਹਦੇ ਕੋਲ ਤਾਂ ਮੈਂ ਨਹੀਂ ਟੋਰਦੀ, ਖਲੋ ਜਾਂਦੀ ਅੱਗੋਂ ਬੰਦੇ ਨੇ ਚੰਗੀ ਮਾਸ਼ਾਅੱਲਾ, ਐ ਖਿਲਾਰ ਖਿਲਾਰ ਪੈਰ ਰੱਖਦੀ, ਥਣ ਬੜਾ ਪਾਵਰ ਵਾਲਾ ਥੱਲੇ। ਚਾਚਾ ਇਹਦੇ ਕੀ ਬੱਚਾ ਕੀ ਇਹਦੇ ਕੋਲੇ? ਕੱਟੀ ਕੱਟੀ ਹਾਂਜੀ। ਲੈ ਵੀ ਕੀ ਬਾਤ ਹੈ, ਇੱਕ ਦੀਆਂ ਵੀ ਦੋ ਨੇ ਮਾਸ਼ਾਅੱਲਾ ਥੱਲੇ ਕੱਟੀ ਬੰਨਦੇ। ਤੀਸਰਾ ਦਿਨ ਕਿੰਨਾ ਕੁ ਹੋਣਾ ਬੋਲਾ ਇਸ ਟਾਈਮ? 16-17 ਸਿਰ ਹੈ, ਚੁਆਈ ਚੁਈ ਚੰਗੀ। ਅੱਲਾ ਖੈਰ ਕਰੇ ਜੀ, ਨੂਰ ਸ਼ਾਹ ਦੀ ਮੈਂ ਦੇ ਵੀ ਆਲੇ ਦੁਆਲੇ ਜਿਹੜਾ ਨਾ ਮੇਲਾ ਲੱਗ ਜਾਂਦਾ, ਅੱਲਾ ਪਾਕ ਖੈਰ ਕਰੇ, ਮੇਰੇ ਭਰਾ ਵੇਖੀ ਜਾਂਦੇ ਨੇ ਅਤੇ ਜਿਹਦੇ ਨਸੀਬਾਂ 'ਚ ਅੱਲਾ ਤਾਲਾ ਨੇ ਲਿਖਿਆ ਉਹਨਾਂ ਹੀ ਲੈਣਾ ਹੈ। ਅਤੇ ਬਾਕੀ ਇਹ ਵੀ ਲੰਘ ਦੇ ਟੱਪ ਦੇ ਬੰਦੇ ਖਲੋ ਕੇ ਵੇਹਦੇ ਜ਼ਰੂਰ ਨੇ ਵੀ ਨੂਰ ਸ਼ਾਹ ਦੀ ਮੈਂ ਪਿੱਛੇ ਹੋਇਆ ਮਾੜਾ ਜਿਹਾ ਤੁਮੀ, ਅਤੇ ਚਾਚੇ ਕੋਲ ਹੋਣੇ ਤਾਂ ਪੁੱਛਦੇ ਪਏ ਨੇ। ਚਾਚਾ ਫਲਕ ਸਿਰ ਹੈਗਾ 14-15 ਸਿਰ ਬੋਲਾ, ਚੁਆਈ ਚੰਗੀ ਚੰਗੀ ਚੁਆਈ ਮਾਸ਼ਾਅੱਲਾ, ਥੱਲੇ ਕੱਟੀ ਕੱਟੀ ਠਾਵੇ ਨੇ ਇਹਦੀ ਭਲਾ। ਅਸੀਂ ਖੁਰਲੀ 'ਤੇ ਕਰ ਸੂ ਮੋੜ ਕੇ ਖੁਰਲੀ 'ਤੇ ਚੱਲ ਪਰ। ਅੱਛਾ ਪਹਿਲਾਂ ਉਵੇਂ ਬੱਚੇ 'ਤੇ ਸੀਲ ਸਹੂ ਹੈ, ਪਕੌੜ ਸ਼ੋੜ ਤਾਂ ਨਹੀਂ ਕਰਦੀ? ਬਾਕੀ ਥਣਾਂ ਦੀ ਵੰਡ ਬੜੀ ਸੋਹਣੀ ਜਨਾਬ ਮਾਸ਼ਾਅੱਲਾ, ਕਿ ਆਹ ਬਾਤ, ਡੇਢ ਡੇਢ ਫੁੱਟ 'ਤੇ ਥਣ ਪੂਰਾ ਰੁਕ ਰੁਕ ਦਾ, ਕੱਟੀ ਵੀ ਮਾਂ ਰੰਗੀ ਹੈ। ਚਾਚਾ ਝੂਟੀ ਚੰਗੀ ਤੇਰੀ, ਅਤੇ ਆ ਜਾ ਹੁਣ ਮੈਦਾਨ 'ਚ ਆ ਕੇ ਇਹਦਾ ਲੇਖਾ ਲੁਖਾ ਵੀ ਦੱਸ, ਇੱਧਰ ਵਿੱਚ ਆ ਜਾ ਖੁਰਲੇ ਦੇ ਕੋਲ, ਬਸ ਬੰਨਦੇ ਐਵੇਂ, ਬਸ ਠੀਕ ਹੈ। ਚਾਚਾ ਫਲਕ ਸ਼ੇਰ ਬਲੋਚ,
ਸਲਾਮ ਅਲੈਕੁਮ ਚਾਚਾ ਕੀ ਹਾਲ ਹੈ ਤਬੀਅਤ ਸਿਹਤ ਠੀਕ ਹੈ ਠੰਡ ਠੁੰਡੇ ਬਾਬਾ ਜੁੱਲੇ ਛੁੱਲੇ ਲਿਆ ਕਰ ਉੱਤੇ ਹੈ ਅੱਛਾ ਤੇ ਕੀ ਇਹਦਾ ਲੇਖਾ ਲੁਖਾ ਲੈਣਾ ਆਪਾਂ ਏਡਾ ਵੱਡਾ ਚਾਚਾ ਮੁੱਲ ਪਿਆਰ ਮੁਹੱਬਤ ਕਰ ਲਾਂਗੇ ਮੈਂ ਵੀ ਚੰਗੀ ਜੰਗਲ ਦੀ ਜੀ ਲਓ ਜੀ ਮਾਸ਼ਾਅੱਲਾ ਚਾਚੇ ਨੇ ਡਿਮਾਂਡ ਇਹਦੀ ਜਿਹੜੀ ਨਾ 8 ਲੱਖ ਰੁਪਇਆ ਕੀਤੀ ਬਾਕੀਆਂ ਦਾ ਕੋਈ ਪਿਆਰ ਮੁਹੱਬਤ ਕਰਾਂਗਾ ਪਹਿਲੇ ਨਹੀਂ ਕਰਨਾ ਆਹ ਕਿਹੜੇ ਪਾਸੇ ਦੀ ਆ ਚਿੱਟੀਆਂ ਅੱਖਾਂ ਵਾਲੀ ਲਓ ਜੀ ਇਹ ਨੀਲੀ ਬਾਰ ਦੀ ਆਰਫ ਵਾਲੇ ਇਲਾਕੇ ਦੀ ਹੈ ਅਤੇ ਮੈਂ ਦੀਆਂ ਅੱਡੀਆਂ ਉੱਡੀਆਂ ਇਹਦੀਆਂ ਵੀ ਚੰਗੀਆਂ ਨੇ ਥੱਲੋਂ ਚੰਗਾ ਲਬਾਸ ਇਹਦੇ ਕੋਲ ਚਾਚਾ ਅੱਜ ਤੇਰੀਆਂ ਦੋਵੇਂ ਮੱਝਾਂ ਹੀ ਵਹਾਣੀਆਂ ਨੇ ਹੈ ਚਾਚਾ ਇਹ ਵੀ ਅੱਡੀਆਂ ਉੱਡੀਆਂ ਚੰਗੀਆਂ ਨੇ ਆਰਫ ਵਾਲੇ ਇਲਾਕੇ ਦੀ ਇਹ ਕਿਨਵਾਂ ਸੁਬਾ ਸੂਈ ਹੋ ਨਹੀਂ ਚਾਚਾ ਤੀਜਣ ਹੋਣੀ ਹੈ ਦੂਸਰੇ ਇਹਦੇ ਕੋਲ ਬੱਚਾ ਕੀ ਹੈ ਅੱਜ ਤੇਰੇ ਕੋਲ ਤਾਂ ਦੋਵੇਂ ਕੱਟੀਆਂ ਵਾਲੀਆਂ ਨੇ ਬੜੀ ਗੱਲ ਹੈ ਯਾਰ ਛੱਡ ਛੱਡ ਕੇ ਇਹਨੂੰ ਵਹਾ ਇਹ ਵੀ ਭਰਨ ਲੈ ਚੱਲੀ ਲੰਮੀ ਇਹ ਨੀਲੀ ਬਾਰ ਦੀ ਜੀ ਆਰਫ ਵਾਲੇ ਇਲਾਕੇ ਦੀ ਦੂਜਣ ਝੋਟੀ ਲੈ ਮੋੜ ਲਿਆ ਸੁਣਿਆ ਏ ਨਹੀਂ ਲੈ ਚੱਲ ਮੈਂ ਇਹਦੀ ਨਸਲ ਦਾ ਚੰਗੀ ਝੋਟੀ ਦੀ ਚਾਚਾ ਇਹਦੇ ਕੋਲ ਕਿੰਨਾ ਹੋਣਾ ਦੁੱਧ ਭਲਾ ਚਾਚਾ ਦੁੱਧ ਬੋਲਣ ਨਹੀਂ ਤੂੰ ਕੂੜ ਮਾਰਨਾ ਨਹੀਂ ਤਾਂ ਬੰਦੇ 20-20 ਸ਼ੇਰ ਤੇ ਬੜੇ ਬੜੇ ਹੈ ਅੱਛਾ ਇਹਦੇ ਕੋਲ ਅਗਲੀ ਕੱਟੀ ਜਿਹੜੀ ਅੱਗੇ ਖਲੋਤੀ ਇਹ ਤਾਂ ਹੈ ਵੀ ਮੈਨੂੰ ਲੱਗਦਾ ਜਿਵੇਂ ਬੌਲੇ ਜੀ ਹੈ ਇਹ ਜੀ ਕੱਟੀ ਇਹਦੇ ਕੋਲ ਚਾਚਾ ਇਹਦਾ ਕੀ ਲੇਖਾ ਲੈਣਾ ਹੈ ਇਹਦਾ ਲੇਖਾ ਜਨਾਬ ਸਾਢੇ 5 ਲੱਖ ਰੁਪਇਆ ਕੋਈ ਪਿਆਰ ਮੁਹੱਬਤ ਕਰਕੇ ਕੋਈ ਪੱਕੀ ਜਿਹੀ ਆਵਾਜ਼ ਦੇ ਵਿੱਚ ਗਏ ਐਵੇਂ ਨਾ ਹੈਂ ਪੱਕੀ ਆਵਾਜ਼ ਤੈਨੂੰ ਦਿੱਤੀ ਜੇ ਕੋਈ ਲੈਣ ਆ ਗਿਆ ਨਾ ਉਦੋਂ ਕਰਾਂਗੇ ਕੋਈ ਪਿਆਰ ਗੱਲ ਕਰ ਲਾਂਗੇ ਚਾਚਾ ਫਲਕ ਸ਼ੇਰ ਦਿੰਦਾ ਆਵਾਜ਼ ਜੀ ਮਾਸ਼ਾਅੱਲਾ ਲਓ ਜੀ ਇਹ ਚਾਚੇ ਫਲਕ ਸ਼ੇਰ ਕੋਲ ਨੇ ਦੋਵੇਂ ਝੋਟੀਆਂ ਨੂਰਸ਼ਾਹ ਦੇ ਇਲਾਕੇ ਦੀ ਝੋਟੀ ਇਹਦੀ ਡਿਮਾਂਡ 8 ਲੱਖ ਰੁਪਈਆ ਜਦੋਂ ਕੋਈ ਆਵੇਗਾ ਇਨਸ਼ਾਅੱਲਾ ਉਹਦੇ ਨਾਲ ਪਿਆਰ ਮੁਹੱਬਤ ਹੋਏਗਾ ਹਾਂ ਵੀ ਸਾਬਰ ਬਲੋਚ ਇਹ ਕਿੰਨਵਾਂ ਸੁਬਾ ਸੋਈ ਹੈ ਦੂਜਾ ਸੁਬਾ ਪਾਈ ਜੀ ਚੰਗੀਆਂ ਵੱਡਾ ਮੁੰਡਾ ਨੇ ਸੁਥਰੀ ਹੈ ਬੌਲੇ 'ਚ ਇਹ ਘੱਡੀ ਇਹ ਥਣ ਬੜਾ ਪਾਵਰ ਵਾਲਾ ਵੰਡਾਂ ਸੋਹਣੀਆਂ ਨੇ ਚਾਰਾਂ ਪਾਸੋਂ ਅਤੇ ਸਭ ਤੋਂ ਵੱਡੀ ਗੱਲ ਜਨਾਬ ਜਿਹੜੀ ਇਹਦੀ ਖੂਬਸੂਰਤੀ ਕਮਾਲ ਦੀ ਹੈ ਥਣ ਵੀ ਪੂਰੇ 1.5-1.5 ਫੁੱਟ 'ਤੇ ਜੀ ਮਾਸ਼ਾਅੱਲਾ ਭਾਈ ਸਾਬਰ ਕਿੰਨਵਾਂ ਸੁਬਾ ਸੂਈ ਭਲਾ ਦੂਜਣ ਛੱਡ ਕੇ ਟੋਰ ਕੇ ਤੈਨੂੰ ਆਹ ਗੇੜਾ ਤਾਂ ਕੱਢੇ ਵੇਖੀ ਕੀ ਕਰਦੀ ਥੱਲੇ ਕੀ ਕੱਟੀ ਕੱਟੀ ਥੱਲੇ ਕੀ ਬੂਰੀ ਜਾ ਰਾਜੀ ਹੈ ਤੂੰ ਮੈਨੂੰ ਲੱਗਦਾ ਬੁਰਾ ਝੋਟਾ ਰੱਖਿਆ ਹੋਇਆ ਹੈ ਜਿਹੜਾ ਤੂੰ ਸ਼ੌਕ ਕਰਨਾ ਵਹਾ ਇੱਧਰ ਬੁਰੀ ਕੱਟੀ ਕੱਟੀ ਵੀ ਜਨਾਬ ਬੜੀ ਕੀਮਤੀ ਥੱਲੇ ਕਈ ਬੰਦੇ ਬੜੇ ਸ਼ੌਕੀਨ ਨੇ ਰੱਤੀਆਂ ਬੂਰੀਆਂ ਦੇ ਅਤੇ ਇਹਨਾਂ ਤੋਂ ਫਿਰ ਮੱਝਾਂ ਬਣਦੀਆਂ ਨੇ ਹੈ ਆ ਨਾਲ ਜਿਹੜੀ ਬੱਚੀ ਜੀ ਇਹਦਾ ਤਾਂ ਕੋਈ ਨਹੀਂ ਚੱਲਦੀ ਚੁਲਦੀ ਤਾਂ ਨਹੀਂ ਅੱਛਾ ਨਿਸ਼ਾਨ ਹੈ ਐਵੇਂ ਨਾਲ ਉਹ ਕੱਟੀ ਦਾ ਵਹਾ ਦਿਓ ਕਿਹੜੀ ਲੈ ਜਾ ਰਾਜੀ ਤੇ ਲਓ ਜੀ ਕੱਟੀ ਬੜੀ ਪਿਆਰੀ ਮਾਸ਼ਾਅੱਲਾ
ਕੱਟੀ ਕੋਈ ਰਾਜ ਨਹੀਂ, ਮਾਜ ਦੇ ਮੁੱਲ ਦੀ ਕੱਟੀ ਹੈ, ਮਾਜ ਦੇ ਮੁੱਲ ਦੀ। ਹਾਂ ਚਿੱਟੀਆਂ ਸਫੈਦ ਅੱਖਾਂ ਜਨਾਬ, ਕਿਆ ਬਾਤ ਲੈ ਯਾਰ, ਪਰਾ ਕਰ ਲੈ, ਪਰਾਂ ਲੈ ਚੱਲ। ਖਾਸ ਕਬੂਲੇ ਦੀ ਮੱਝ, ਕਬੂਲੇ ਦੀ, ਖਾਸ ਕਬੂਲੇ ਦੀ। ਕਿੰਨਾ ਕੁ ਦੁੱਧ ਹੋਣਾ ਹੈ? ਮੈਂ ਪਰਾਂ ਲੱਤੀ ਨਾ ਕੋੜੀ ਦੂਜਾ ਲਾ ਕੇ ਰਾਤੀ 9 8 7 10 ਵਜੇ ਚੋਈ ਆ ਮੱਝ ਧੱਕੇ ਮਾਰੀ ਕਲੀ। ਅੱਛਾ ਮੱਝ 20 ਲੱਖ ਦੀ ਮੇਰੀ, ਤੇਰਾ ਪਲਾ ਹੋ ਜਾਵੇ ਨਾ ਐਵੇਂ ਕਰੀ ਜਾ ਕਰ। 20 ਲੱਖ ਦੀ 100 ਘੱਟ ਨਹੀਂ। ਅੱਛਾ ਤੇ ਉਹ ਜਿਹੜਾ ਆ ਗਿਆ ਜਾਂਦਾ ਇਹ ਵੀ ਗੱਲ ਲਈ ਆ ਜਾਂਦਾ ਕੀ ਆਨਾ ਹੈ? ਮੈਂ ਮੇਰੀ ਆ 20 ਲੱਖ ਦੀ। ਅੱਛਾ ਉਹ ਜੋ ਨਸੀਬ ਹੈ ਕੋਈ ਦੇਵੇ, ਨਹੀਂ ਤੇ ਅੱਖ ਲੜਾਈ ਗੁਲਾਈ ਕਾਈ ਨਹੀਂ। ਅੱਖ ਕਰੋੜ ਦੀ ਹੈ, ਅੱਖ ਮੇਰੀ ਮਾਜ ਦੀ ਕਰੋੜ ਦੀ ਹੈ, ਥਣ ਮਾਜ ਨੂੰ ਲੱਗਾ ਹੋਇਆ 5-5 ਲੱਖ ਦਾ ਆਪੋ ਆਪ 20 ਲੱਖ ਦੀ ਮਾਜ ਜੇ ਇਹ ਗੱਲ ਮੇਰੀ ਲੱਖ ਲੈ ਦਿਲ ਦੇ ਉੱਤੇ ਅੱਲਾ ਪਾਕ ਤੈਨੂੰ ਦੇਵੇ ਸੋਹਣਾ ਰਿਜ਼ਕ। ਬੰਦੇ ਨੇ ਕੀ ਦੇਣਾ, ਖਾਂਦੇ ਨਹੀਂ, ਵੇਖਦੇ ਨਹੀਂ, ਖਾਂਦੇ ਨੂੰ ਵੇਖ ਕੇ ਨਹੀਂ ਖਾਂਦੇ, ਖਲ ਤੇ ਰਾਜੀ ਨਹੀਂ ਵੇ ਫਲਾਲਾ ਭੇੜੀਆ ਥਿਗੜੀ ਵਾਲਾ ਬੱਕਰਾ ਤੇ ਖਲ ਹਾਏ ਹਾਏ ਜਿੰਦਾਬਾਦ ਜਿੰਦਾਬਾਦ। ਬਾਕੀ ਜੀ ਵੇਖ ਲੈ ਲਾ ਕੋੜੀ ਦਾ ਥੁੰਨੀ ਨਾਰ ਵੀ ਘੋੜੇ ਤੇ ਮਾਈ ਦਾ ਪੈਰ ਡਾਚੀ ਜਿਹੜੀ ਕੰਨੀ ਲੰਮੀ ਨਿੱਕੀ ਨਿੱਕੀ ਸਰੀ ਕਾਲੀ ਅੱਖ ਰੋਗ ਰੋਗ ਦੀ ਲੱਗੀ ਹੋਈ ਪੂਰੀ ਕੱਟੀ ਜਿਹੜੀ ਮੁਲਖ ਤੋਂ ਚੱਲੀ ਕੱਟੀ ਪਰਾ ਕਰ ਲੈ ਮੈਂ ਤਾਂ ਬਾ ਠੀਕ ਹੈ ਜੀ ਕਾਲੀ ਕੱਟੀ ਮੁਲਖ ਤੋਂ ਚੱਲੀ ਇਹਨੂੰ ਛੱਡ ਕੇ ਤੇ ਟੋਰ ਕੇ ਵਹਾ ਦਿਓ ਗ੍ਰਾਮੀ ਗ੍ਰਾਮੀ ਛੋਟਾ ਕਾਇਲਾ। ਅੱਛਾ ਉਹਦੀ ਇੱਕ ਉਤੀ ਹੈ ਕੱਟੇ ਦਾ 45 ਲੱਖ ਰੁਪਏ ਲੱਗਦਾ। ਅੱਛਾ ਬੂਰੇ ਦਾ ਬੂਰੇ ਜੁੱਟੇ ਦਾ 45 ਲੱਖ ਲੱਗਦਾ ਸਾਈ ਆਖਿਆ ਦਾ ਜਾਓ ਚੱਲ ਬੰਨ ਲੈ ਮਾਜ ਨੂੰ ਆਖਲ ਮੱਕੀ ਜਲਦੀ ਹੈ ਠਾ।